ਕਾਨੇ ਜਗ ਚੁੱਕਾ ਤੇ ਜਗ ਚੁੱਕਾ ਕਰ ਕਰਮ ਦਾ ਫਲ ਹੈ, ਸਭ ਨੂੰ ਮਿਲਦਾ ਹੈ। ਜੇ ਜਾ ਕੋਈ ਕਰਦਾ ਖਿਆਲ ਉੱਥੇ ਹੀ ਲਓ, ਪ੍ਰੇਮੀ ਨੂੰ ਕੋਹੜ ਹੋਣਾ ਸ਼ੁਰੂ ਹੋ ਗਿਆ ਕਿ ਉਹ ਕਰਮ ਮਾੜੇ ਕਰ ਲਏ। ਮਾੜੇ ਕਰਮ ਦਾ ਫਲ ਸਰੀਰ ਨਾਲ ਬੰਦਾ ਮਾੜੇ ਕਰਮ ਕਰਦਾ, ਸਰੀਰ ਨਾਲ ਹੀ ਉਹਦਾ ਫਲ ਭੋਗਦਾ ਹੁੰਦਾ ਹੈ। ਸਰੀਰ ਨਾਲ ਹੀ ਇਨਸਾਨ ਚੰਗੇ ਕਰਮ ਕਰਦਾ ਹੈ, ਸਰੀਰ ਧਾਰ ਕੇ ਹੀ ਉਹਦਾ ਸੁੱਖ ਭੋਗਦਾ ਹੈ। ਹੁਣ ਕੋਹੜ ਹੋਣ ਲੱਗ ਗਿਆ, ਟੁੰਡ ਬਣ ਗਏ ਸਰੀਰ ਦਾ, ਨਹੁੰ ਝੜ ਗਏ, ਕਿਤੇ ਰੋਮ ਨਾ ਰਿਹਾ ਸਰੀਰ 'ਤੇ, ਜਲ ਗਏ, ਸਾਰਾ ਚਮੜਾ ਨੀਲਾ ਹੋ ਗਿਆ, ਮਿੰਨੀ ਮਿੰਨੀ ਜਲਣ ਹੁੰਦੀ ਹੈ, ਬੜੀ ਔਖਾ ਕਰਦੀ ਹੈ। ਕਰਦਿਆਂ ਨੇ ਬਹੁਤ ਇਲਾਜ ਕਰਾਇਆ ਪ੍ਰੇਮੇ ਦਾ, ਪਰ ਇਲਾਜ ਨਾ ਹੋਇਆ। ਡਾਕਟਰਾਂ ਨੇ ਇਹ ਕਹਿ ਦਿੱਤਾ ਵੀ ਪਤਾ ਨਹੀਂ ਸੂਤ ਦੀ ਬਿਮਾਰੀ ਹੈ, ਜੇ ਸੋਨੂੰ ਬੁਢੇਪੇ ਦੇ ਵਿੱਚ ਚਿੰਬੜ ਗਈ ਤੁਹਾਡਾ ਕਿਹਨੇ ਇਲਾਜ ਕਰਾਉਣਾ? ਪ੍ਰੇਮੇ ਨੂੰ ਕਿਤੇ ਦੂਰ ਛੱਡਿਆ, ਉਹ ਕਿਸੇ ਕੋਹੜਖਾਨੇ ਛੱਡਿਆ ਜਾਂ ਹੋਰ ਕਿਤੇ। ਉਹਨਾਂ ਨੇ ਸੋਚਿਆ ਵੀ ਚਲੋ ਬਾਹਰ ਖੂਹ 'ਤੇ ਛੱਡ ਦਿੰਦੇ ਹਾਂ। ਸੇਠ ਨੇ ਨੌਕਰ ਨੂੰ ਕਿਹਾ ਇਸ ਦੀ ਗਠੜੀ ਬੰਨ ਲਾ, ਹੱਡੀਆਂ ਰਹਿ ਗਈਆਂ, ਕਿਹੜੇ ਕੁੱਡੀ ਲੁੱਚ ਲੁੱਚ ਕਰਦੀ ਜਵਾਨੀ ਸੀਗੀ, ਮਾੜੇ ਕਰਮ ਦਾ ਫਲ। ਤਾਂ ਉਸਨੂੰ ਗਲ 'ਚ ਠੂਠਾ ਪਾ ਦਿੱਤਾ, ਰੱਸੀ ਪਾ ਕੇ, ਹੱਥ ਤਾਂ ਉਹਦੇ ਹਣ ਨਹੀਂ ਪੂਰੇ, ਹੁਣ ਖਾਊਗਾ ਕਿਵੇਂ? ਚੂਰ ਚਾਰ ਕੇ ਲੱਸੀ ਰੋਟੀ ਰਾਟੀ ਜੀ ਦੇ ਆਉਂਦੇ ਤਾਂ ਬਾਹਰ ਖੂਹ ਸੀ ਸੇਠ ਦਾ ਰੋਹੀ ਬੀਆਬਾਨ 'ਚ ਰਸਤੇ 'ਚ, ਉੱਥੇ ਛੱਡਿਆ ਹੈ ਉਸਨੂੰ। ਹੁਣ ਪ੍ਰੇਮਾ ਬਿੜਕ ਲੈਂਦਾ ਹੈ ਵੀ ਕੌਣ ਜਾਂਦਾ ਰਸਤੇ ਰਸਤੇ, ਉਹਨਾਂ ਨੂੰ ਸੁਨੇਹ ਦਿੰਦਾ ਆਪਣੇ ਮਿੱਤਰਾਂ ਨੂੰ ਵੀ ਉਹ ਫਲਾਣੇ ਮੇਰੇ ਮਿੱਤਰ ਨੂੰ ਕਹੋ ਮੈਨੂੰ ਮਿਲ ਜਾਵੇ, ਮੈਂ ਉਹਨਾਂ ਦੇ ਸਿਰ ਤੋਂ ਦੀ ਸਾਰਾ ਘਰ ਲੁਟਾ ਦਿੱਤਾ, ਅੱਜ ਕੋਈ ਨਹੀਂ ਆਉਂਦਾ ਮੇਰੇ ਕੋਲ, ਆਵੇ ਕਿਵੇਂ? ਸਾਧ ਸਿੰਘ ਜੀ, ਗੁਰੂ ਜੀ ਦਾ ਫੈਸਲਾ ਹੀ ਜਦ ਇਸ ਤਰ੍ਹਾਂ ਹੈ। ਤੈਨੂੰ ਵੀ ਪਤਾ ਪਈ ਤੋਂ ਸਾਡੇ ਚਾਰੇ ਕੋਈ ਨਹੀਂ ਨੇੜੇ ਜਾਂਦਾ। ਹੁਣ ਸਾਧ ਸਿੰਘ ਜੀ, ਪ੍ਰੇਮੇ ਤੋਂ ਲੈਣਾ ਕੀ ਹੈ ਕਿਸੇ ਨੇ? ਸਭ ਸੰਸਾਰ ਮਤਲਬ ਦਾ ਹੈ, ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਭ ਸਿਉਂ ਹੀ ਸਭ ਲੱਗ ਗਏ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੋ ਕਹਿਤਾ ਹਿਤ ਸੋਭਨ ਦਿਉ ਚੀਤ, ਅੰਤਕਾਲ ਸੰਗੀ ਨਹੀਂ ਕੋਈ, ਇਹ ਅਚਰਜ ਹੈ ਰੀਤ। ਪ੍ਰੇਮੇ ਨੂੰ ਹੁਣ ਵਿਸ਼ਵਾਸ ਆ ਗਿਆ ਵੀ ਜਿਹੜਾ ਸਿਆਣੇ ਲੋਕ ਮੈਨੂੰ ਕਹਿੰਦੇ ਸੀ ਵੀ ਇਹ ਮਤਲਬ ਦਾ ਟੋਲਾ ਹੈ, ਅੱਜ ਮੈਂ ਅੱਖੀਂ ਦੇਖ ਲਿਆ ਵਰਤ ਕੇ ਵੀ ਵਾਕਈ ਝੂਠਾ ਸੰਸਾਰ ਹੈ। ਕਰਮ ਦਾ ਫਲ ਭੋਗ ਕੇ ਸੁਰਤ ਆਈ ਪ੍ਰੇਮੇ ਨੂੰ, ਮਾੜੇ ਕਰਮ ਦਾ ਫਲ ਕੋੜ ਮਿਲਿਆ, ਫਿਰ ਸੁਰਤ ਆਈ, ਫਿਰ ਵਿਸ਼ਵਾਸ ਆਇਆ ਵੀ ਸਿਆਣੇ ਲੋਕਾਂ ਦਾ ਕਥਨ ਠੀਕ ਹੈ, ਸਭ ਇਹ ਮਤਲਬ ਦੇ ਲੋਕ ਨੇ। ਇਹ ਪਛਤਾਉਂਦਾ ਵੀ ਮੈਂ ਕਿਉਂ ਮਾੜੇ ਕਰਮ ਕੀਤੇ, ਜਦ ਪਛਤਾਉਣ ਲੱਗ ਜਾਂਦਾ ਮੋੜ ਪੈਣਾ ਸ਼ੁਰੂ ਹੋ ਜਾਂਦਾ। ਸਾਧ ਸਿੰਘ ਜੀ, ਜਿਸਕੋ ਮੁਸ਼ਕਲ ਅਤ ਬਣੇ ਢੋਈ ਕੋਏ ਨੰਦੇ, ਲਾਗੂ ਹੋਏ ਦੁਸ਼ਮਣਾਂ ਸਾਕ ਭੱਜ ਖਲੇ, ਸਭੋ ਭੱਜੇ ਆਸਰੇ ਚੁੱਕੇ ਸਭ ਅਸਰਾਓ, ਚਿੱਤਾਵੇ ਉਸ ਪਾਰਨੂੰ ਤਾਂ ਲੱਗੇ ਨਤੱਤੀ ਵਾਓ, ਸਾਹਿਬ ਨਤਾਣਿਆਂ ਕਾ ਤਾਣ ਆਏ ਨਾ ਜਾਏ ਥਿਰ ਸਦਾ, ਗੁਰਸਬਦੀ ਰੰਗ ਮਾਣ ਜੇ ਕੋਈ ਹੋਵੇ ਦੁਬਲਾ, ਨੰਗ ਭੁੱਕੀ ਪੀਰ ਦਮਰਾ ਪੱਲੇ ਨਾ ਪਵੇ, ਨਾ ਕੁਛ ਦੇਵੇ ਧੀਰ, ਸਵਾਰਥ ਸਵਾਇ ਨ ਕੋਸਰੈ, ਨਾ ਕੋਈ ਹੋਵੇ ਕਾਜ, ਚਿੱਤਾ ਆਵੇ ਉਸ ਪਰਮ ਤਾਂ ਨਿਸ਼ਚਲ ਹੋਵੇ ਰਾਜ, ਜੇ ਇਹਦਾ ਕੁਛ ਕੋਈ ਵੀ ਨਾ ਹੋਵੇ, ਪਰਮੇਸ਼ੁਰ ਨੂੰ ਯਾਦ ਕਰਨ ਲੱਗ ਜਾਵੇ, ਇਹਦੇ ਸਾਰੇ ਦੁੱਖ ਦੂਰ ਹੋ ਕੇ ਪਰਮੇਸ਼ੁਰ ਇਹ 'ਤੇ ਮਿਹਰ ਕਰ ਦਿੰਦਾ ਹੁੰਦਾ ਹੈ।
ਪਹਿਣਾ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਮੰਡੇ ਪਹਿਣਾ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਮੰਡੇ ਸਭ ਤੋਂ ਇਹ ਤੋਂ ਇਹਦੇ ਇਨਸਾਨ ਦੇ ਸਭ ਦੇ ਨੇੜੇ ਦਾ ਮਦਦਗੀਰ ਕਰਮ ਹੈ ਨੇੜੇ ਦਾ ਸਭ ਤੋਂ ਵੱਡਾ ਦੁਸ਼ਮਣ ਕਰਮ ਹੈ ਇਹਦਾ ਇੱਦੋਂ ਸਾਰੇ ਦੁਸ਼ਮਣ ਦੂਰ ਨੇ ਸਾਰੇ ਹੀ ਕੋਈ ਦੁਸ਼ਮਣ ਨਹੀਂ ਕੋਈ ਮਿੱਤਰ ਨੂੰ ਮਿੱਤਰ ਨਹੀਂ ਆ ਇਹਦੇ ਕਰਮੀ ਮਿੱਤਰ ਨੇ ਇਹਦੇ ਕਰਮੀ ਦੁਸ਼ਮਣ ਨੇ ਨੇੜੇ ਸਭ ਤੋਂ ਇਹੀ ਨੇ ਤਕਦੀਰ ਦੇ ਵਿੱਚ ਕਰਮ ਨੇ ਇਹਨੂੰ ਨੇੜੇ ਬੈਠੇ ਦੁਸ਼ਮਣ ਨੂੰ ਕੌਣ ਰੋਕ ਸਕਦਾ ਹੈ ਗੁਆਂਢੀ ਘਰੋਂ ਬਾਜਾ ਮਾਰਿਆਂ ਤੋਂ ਆਏਗਾ ਇਹ ਤਾਂ ਉਹਦੀ ਹਮਲਾ ਕਰਦੇ ਕਰਮ ਕਰਮ ਸਾਡਾ ਕੀਤਾ ਹੋਇਆ ਤਕਦੀਰ ਦੇ ਵਿੱਚ ਹੈ ਬਾਹਰਲੀ ਸਿਹਤ ਇੱਥੇ ਕੁਛ ਨਹੀਂ ਵਰਤੀਂਦੀ ਜਦ ਕਰਮ ਆਉਂਦਾ ਹੁੰਦਾ ਹੈ ਕਰਮ ਦੀ ਸ਼ਕਤੀ ਸਭ ਮਦਦਗੀਰਾਂ ਤੋਂ ਜ਼ਿਆਦਾ ਹੈ ਕਰਮ ਦੀ ਸ਼ਕਤੀ ਸਾਰੇ ਦੁਸ਼ਮਣਾਂ ਤੋਂ ਵੱਡੀ ਸ਼ਕਤੀ ਹੈ ਹੁਣ ਦ੍ਰੋਪਦੀ ਦੇ ਕੋਲ ਬੈਠੇ ਤੇ ਪੰਜੇ ਪਤੀ ਮਹਾਰਾਣੀ ਸੀਗੀ ਹਿੰਦੁਸਤਾਨ ਦੀ ਪਤੀ ਵੀ ਕੋਲ ਬੈਠੇ ਤੇ ਜਿਹੜੇ ਪਤੀਆਂ ਨੇ ਸਾਰਾ ਜੰਗ ਜਿੱਤਿਆ ਸਾਰਿਆਂ ਨੂੰ ਮਾਰ ਦਿੱਤਾ ਉਦੇ ਵੀ ਮਾਰ ਸਕਦੇ ਤੇ ਪਰ ਦ੍ਰੋਪਦੀ ਦਾ ਕਰਮ ਤਕੜਾ ਤੇ ਜਿਹੜਾ ਮਾੜਾ ਆਇਆ ਹੋਇਆ ਸੀ ਜਦੋਂ ਕਰਮ ਆਉਂਦਾ ਹੈ ਫਿਰ ਕਿਸੇ ਦੀ ਪੇਸ ਨਹੀਂ ਜਾਂਦੀ ਸਾਧ ਸਿੰਘ ਜੀ ਉਹ ਕਰਮ ਤੋਂ ਦੀ ਇੱਕੋ ਇੱਕ ਸ਼ਕਤੀ ਹੈ ਪਰਮੇਸ਼ੁਰ ਜੇ ਪਰਮੇਸ਼ੁਰ ਨੂੰ ਉਸ ਟਾਈਮ ਅਸੀਂ ਯਾਦ ਕਰ ਲਈਏ ਦ੍ਰੋਪਦੀ ਨੇ ਕਿਹਾ ਨਾ ਉਸੇ ਭਗਤੀ ਕੁੱਕਾ ਮਾਰ ਕੇ ਹਾ ਕ੍ਰਿਸ਼ਨ ਫਿਰ ਸਾਰਿਆਂ ਤੋਂ ਸਾਰੇ ਕਰਮਾਂ ਨੂੰ ਖਤਮ ਕਰ ਦਿੱਤਾ ਭਗਵਾਨ ਨੇ ਉਹਦੀ ਮਦਦ ਕੀਤੀ ਕਰਮ ਤੋਂ ਦੀ ਜਿਹੜਾ ਮਾੜਾ ਕਰਮ ਹੈ ਉਹਨੂੰ ਕੋਈ ਹੋਰ ਮਾਰ ਨਹੀਂ ਸਕਦਾ ਮਦਦਗੀਰ ਜੇ ਕਹੇ ਵੀ ਮੈਂ ਉਹ ਤੇਰੇ ਕਰਮ ਦੇ ਵਿੱਚ ਮਦਦ ਕੋਈ ਨਹੀਂ ਕਰ ਸਕਦਾ ਹੈ ਕੁਦਰਤ ਦੀ ਨੇਤ ਹੀ ਇਹ ਸੀ ਉੱਥੇ ਪਰਮੇਸ਼ੁਰ ਮਦਦ ਕਰਦਾ ਇਹਦੀ ਸਤਿਗੁਰੂ ਮਹਾਰਾਜ ਗੁਰਬਾਣੀ 'ਚੋਂ ਫਰਮਾਨ ਕਰਦੇ ਨੇ ਉੱਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਜਿੱਥੇ ਨਾ ਕੋਈ ਮੋੜ ਪਿਆ ਉਹਦੇ ਮਨ ਦੇ ਵਿੱਚ ਸ਼ਰਧਾ ਆ ਗਈ ਵੀ ਮੈਂ ਇਹ ਮਾੜੇ ਕਰਮਾਂ ਤੋਂ ਤੋਬਾ ਕੀਤੀ ਹੁਣ ਨਹੀਂ ਗਾਹਾਂ ਕਰਾਂਗਾ ਪਰਮੇਸ਼ੁਰ ਨੇ ਸਬੱਬ ਬਣਾ ਦਿੱਤਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਬੌਲੀ ਦੀ ਕਾਰ ਸੇਵਾ ਕਰਵਾ ਰਹੇ ਸੀ ਨੇੜਿਓਂ ਦੂਰੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਔਰ ਸੇਵਾ ਦਸਬੰਧ ਲੈ ਕੇ ਆ ਜਾਂਦੀਆਂ ਕਾਬਲ ਕੰਧਾਰ ਦੀ ਸੰਗਤ ਦੂਰ ਪੈਂਦਾ ਸੀ ਕਾਫੀ ਸਮੇਂ ਬਾਅਦ ਤੇ ਮਾਈ ਭਾਈ ਸੈਂਕੜਿਆਂ ਦੀ ਤਾਦਾਦ 'ਤੇ ਆਪਦੇ ਘਰੋਂ ਚੱਲੇ ਕੁਛ ਦਿਨ ਰਹਿ ਕੇ ਗੁਰੂ ਜੀ ਦੇ ਦਰਸ਼ਨ ਕਰਾਂਗੇ ਸੇਵਾ ਕਰਾਂਗੇ ਆਪਦਾ ਦਸਬੰਧ ਲੈ ਕੇ ਗੁਰੂ ਘਰ ਵਾਸਤੇ ਚੱਲੇ ਕੋਈ ਦੁਕਾਨਦਾਰ ਹੈ ਦੁਕਾਨ ਦਾ ਜਿਹੜੀ ਬੱਚਤ ਹੋਈ ਦਸਵਾਂ ਹਿੱਸਾ ਖੇਤੀ ਵਾਲੇ ਜੋ ਵਪਾਰੀ ਸੀ ਸਭ ਸੰਗਤਾਂ ਆਉਂਦੀਆਂ ਆਉਂਦੀਆਂ ਉੱਥੇ ਖੁਸ਼ ਸੀ ਜਿੱਥੇ ਪ੍ਰੇਮੇ ਦਾ ਸਪਰੀ ਮੰਜਾ ਸੀਗਾ ਉੱਥੇ ਉਹ ਖੂਹ ਦਾ ਪਾਣੀ ਦਾ ਆਸਰਾ ਲੈ ਕੇ ਵੀ ਇਕਾਂਤ ਹੈ ਰੋਹੀ ਬਿਆਬਾਨ ਸੰਗਤਾਂ ਨੇ ਆਸਣ ਲਾ ਦਿੱਤੇ ਇਸ਼ਨਾਨ ਕੀਤਾ ਉਸ ਤੋਂ ਬਾਅਦ ਅੰਨ ਪਾਣੀ ਪਕਾਉਣ ਵਾਸਤੇ ਮਾਈ ਲੋਕਾਂ ਨੇ ਆਟੇ ਉੱਟੇ ਗੁੱਲੇ ਕੋਲ ਰਾਸ਼ਨ ਸੀ ਕੁਝ ਸੰਗਤ ਪ੍ਰਸ਼ਾਦਾ ਤਿਆਰ ਕਰਦੀ ਹੈ ਬਾਕੀ ਦੀ ਸਾਰੀ ਸੰਗਤ ਚਾਦਰਾਂ ਵਿਛਾ ਕੇ ਬੈਠ ਗਏ ਇੱਕ ਜਣਾ ਰਹਿਰਾ ਸਾਹਿਬ ਦਾ ਪਾਠ ਉੱਚੀ ਸੁਰ ਦੇ ਨਾਲ ਕਰਨ ਲੱਗ ਗਿਆ ਪ੍ਰੇਮੇ ਨੇ ਜ਼ਿੰਦਗੀ ਦੇ ਵਿੱਚ ਅੱਜ ਪਾਠ ਸੁਣੇ ਕਦੇ ਸੁਣਿਆ ਨਹੀਂ ਗੁਰਬਾਣੀ ਦਾ ਉਹਦੇ ਕੰਨ 'ਚ ਪੈਣ ਲੱਗ ਗਈ ਆਵਾਜ਼ ਉਹਦੀ ਚੀਸ ਘੱਟ ਗਈ ਜਿਹੜੀ ਜਲਣ ਸੀ ਉਹ ਖਤਮ ਹੋ ਗਈ ਆਰਾਮ ਨਾਲ ਪ੍ਰੇਮੇ ਦਾ ਵਕਤ ਲੰਘ ਗਿਆ ਸਾਰੀ ਰਾਤ ਪ੍ਰੇਮਾ ਸੁੱਤਾ ਅੱਜ ਕਦੇ ਪਹਿਲਾਂ ਸੁੱਤਾ ਨਹੀਂ ਸੀ ਆਰਾਮ ਆ ਗਿਆ ਸਵੇਰੇ ਫਿਰ ਸੰਗਤ ਉੱਠੀ ਉੱਠ ਕੇ ਸੰਗਤ ਨੇ ਇਸ਼ਨਾਨ ਕੀਤਾ ਬਾਣੀ ਪੜ੍ਹੀ ਅਤੇ ਉੱਚੀ ਸੁਰ ਦੇ ਨਾਲ ਪਾਠ ਕੀਤਾ ਪ੍ਰੇਮਾ ਸੁਣਦਾ ਰਿਹਾ ਪ੍ਰੇਮੇ ਦਾ ਜਿਹੜਾ ਜਲਣ ਦਾ ਦੁੱਖ ਸੀ ਚਮੜਾ ਜਲੀ ਜਾਂਦਾ ਸੀ ਉਹ ਘੱਟ ਗਿਆ ਆਰਾਮ ਆ ਗਿਆ ਉਸਨੂੰ ਇਤਨੂੰ ਸੰਗਤ ਨੇ ਪ੍ਰਸ਼ਾਦਾ ਤਿਆਰ ਕੀਤਾ ਸਕਿਆ ਕੁਛ ਬਰਤਨ ਆਦਿ ਵਗੈਰਾ ਬੰਨੇ ਤਾਂ ਸੋਚਿਆ ਵੀ ਅੱਜ ਗੁਰੂ ਜੀ ਦੇ ਦਰਸ਼ਨ ਕਰ ਲਾਂਗੇ ਆਪਾਂ ਪੱਟੀ ਤੋਂ ਗੋਇੰਦਵਾਲ ਸਾਹਿਬ ਕੋਈ ਬਹੁਤਾ ਦੂਰ ਨਹੀਂ ਤਾਂ ਉਹਨਾਂ ਨੇ ਚਾਲੇ ਪਾ ਦਿੱਤੇ ਸ਼੍ਰੀ ਆਸ਼ਾ ਜੀ ਵਿਹਾਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਆਸ਼ਾ ਦੀ ਵਾਰ ਦਾ ਪਾਠ ਇੱਕ ਪਾਠ ਇੱਕ ਸਤਸੰਗੀ ਰੋਜ਼ ਇਕੱਲਾ ਬੈਠ ਕੇ ਕਰ ਲਏ ਭਾਵੇਂ
संगत कर ले बह के श्रद्धा दे नाल आसा पूरी होंदिया ने गिया। साकामी लोगों दिया जिहड़ी चीज़ चाहते ने वो इच्छा पूरी होंदी है, पर बिला नांगा करे नितनेम फर्क ना पावे। जिन्हें परमेश्वर की प्राप्ति चाहता निष्काम अवस्था वाला पढ़े उन्हें प्रभु की प्राप्ति है। आशा राग दे विच आशा दी वार है, तो उन्होंने आशा दी वार शुरू कर दी। एक तुक भाई बोलते ने, एक तुक माइया बोल दिया ने, ऐस आनंद दे विच उच्ची पाठ करते चले जाते हैं। प्रेमे दे कन दे विच आवाज़ घट गई, दूर चली गई संगत, तो उसनू तकलीफ होनी शुरू हुई। प्रेमे ने उच्ची उच्ची आवाज़ा मारियां, कौन तुसी जान वाले, गुरु वास्ते गुरु का वास्ता पाँदा है, मेरी गल सुनो। संगत रुक जाती है, दो नौजवान गुरसिख मुड़े देखे भी जिते रौला पाँदा है, यह सपरी चो आवाज़ आती है, नेड़े गए तो बदबू आवे। कोड़ी का शरीर पिया सी, कदे नहाता नहीं धोता नहीं, घोड़दा पीकदा, बहुत ज़्यादा बदबू आई। उन्होंने मूँह बन्ने आपदा, नेड़े होकर पूछा, भाई की गल है, की कहने तू गुरु के वास्ते पाना है? कहेंगे भाई तुम किस पढ़ते हो, ये मेरे जो बीमारी है ये कटी है, मैनू सुनाओ। वह मुंडे कह लगे, असं तो गुरु जी के दर्शनों चलिया, असं तेरे को बह के नहीं सुना सकते। वह कह लगे तो फिर मैं उत्थे ही ले चलो गुरु जी को। पर मैनू उन्होंने डिग्गी मार ली, मोढ़े से सुट लिया, कपड़े च बन के बारी बारी गोंदवाल साहब आ जाते हैं। गुरु जी का रूहानी दरबार सजा है तीसरे पहर दा, ता सारी संगतां ने आपो आपदी भेटा रखी, निसबंध रखिया। उस तो बाद गुरु जी नूं अर्ज कीती उन्होंने, महाराज एक कोड़ी है प्रेमा, उन्हूं आप जी की बाणी सुन के कुछ चैन आई है, दवाइया नाल नहीं आई, इस करके वह इत्थे रहना चाहुंदा, हुक्म करो भी कित्थे उन्हूं छड्डीए। गुरु जी कहणगे प्रेमे नूं पुछ लो कित्थे रहना चाहुंदा। गुरु अमरदास महाराज जी कहिंदे प्रेमा सामने सीगा गेट ते, उत्थों गुरु जी दे दर्शन हुंदे ते कीर्तन भी सुनदा सी। तां उह प्रेमे नूं कहा भी दर्श कित्थे रहना चाहुंदा, गुरु जी ने रहण दी तां आग्या दे दित्ती, हुण तैं आपदी मर्जी दा थां देखणा। प्रेमा कहण लगा भी मैनूं किसे ने किहने चक के लिआउणा रोज़ बदबू वाले नूं, मेरी इत्थे ही छपरी बना दिओ गेट ते ही, बस मैं इत्थे दर्शन करिआ करूँ गुरु जी दे, नाले आपदा कीर्तन सुना करूँगा, जिदे सुनने दे नाल मैनूं चैन आउंदी है। सुन के गुरु की बाणी और हरजर सुन के देखो गुरु जी ओह सबूत दिंदे ने। अद्धा अद्धा बोलियो भाई, सुन के देख लै गुरां की बाणी, माइयां बोलणगियां, दुखां वाला नाश हो जाएगा, भाई बोलणगे। सुन के देख लै गुरां की बाणी, दुखां वाला नाश हो जाएगा। सुने दुख पाप का नाश, तो उन्होंने गुरु जी दे कहे तो उत्थे उहदी छपरी बना दित्ती प्रेमे दी। हुण प्रेमा रोज़ ही गुरु जी दे दर्शन करदा, रोज़ खुराक बन जांदी है इहदा जीवन दा, जिवें शरीर की खुराक होंदी है ना, रूह की खुराक तो गुरु जी के दर्शन हैं, रूह की जिंद जान गुरु जी के बचन हैं। यही है जिवें पदार्थों का स्वाद होंदा, इन्हां दोनों चीज़ों का स्वाद भी है। गुरु के स्वरूप का आनंद आता है, तो और गुरु वचना दे विच सरजीती है, ये तकड़ा होंदा है, श्रद्धा बढ़ती है, विचार पैदा होंदी है, अज्ञान कमजोरी दूर होंदी है। इस तरह का सतगुरु महाराज गुरबाणी च तदेव प्रमाण किया, दर्शन साहिबा तेरा जी मैं देख देख लीना, दर्शन सतगुरु तेरा जी मैं देख देख लीना। देख जी मांगुर तेरा पूर्ण कर्म होवे पर मेरा, प्रेमे ना श्रद्धा दे नाल इस तरह प्रेमे ने गुरु जी के दर्शन किए, गुरबाणी का कीर्तन सुनिया और चत्तो पैर ही इधर ख्याल ला दिता। प्रेमे दे हौली हौली चमड़े च डब पैन लग गए, चमड़ा उही गोरा सोह बन गया, हौली हौली नौ आने लग गए प्रेमे दे टुंड से, काला चमड़ा दूर चलिया गया, पिंगला
ਕੋੜਪਣ ਦੂਰ ਹੋ ਗਿਆ, ਪ੍ਰੇਮੇ ਦੇ ਦਿਮਾਗ ਤੋਂ ਬੋਝ ਲੈ ਗਿਆ ਬਿਮਾਰੀ ਦਾ, ਪ੍ਰੇਮੇ ਨੂੰ ਸ਼ਰਧਾ ਆ ਗਈ। ਜਦ ਪ੍ਰੇਮਾ ਕੋਈ ਕੀਰਤਨ ਕਰੇ ਸੰਗਤ, ਪ੍ਰੇਮਾ ਆਪਦਾ ਗਿੱਧਾ ਪਾਵੇ ਹੱਥਾਂ ਦੇ ਟੁੰਡਾਂ ਨਾਲ, ਨਾਲ ਦੀ ਨਾਲ ਉੱਚੀ ਉੱਚੀ ਰੌਲਾ ਪਾ ਦਿਆ ਕਰੇ, ਗਿਆ ਕਸੋਟਾ ਲੱਦਾ ਫੇਰ, ਗਿਆ ਕਸੋਟਾ ਲੱਦਾ ਫੇਰ, ਕਸੋਟਾ ਨੋ ਹੈ ਸਰੀਰ ਦਾ, ਤੰਦਰੁਸਤੀ ਦਾ, ਵੀ ਇਹ ਗਈ ਸੀ ਮੇਰੀ ਚਲੀ ਗਈ ਸੀ, ਕੁਛ ਸੰਗਤ ਨੇ ਖੋਲਿਆ ਸੀ ਮੇਰਾ ਤੰਦਰੁਸਤ ਸੋਹਣਾ ਸਰੂਪ, ਮੈਨੂੰ ਇੱਥੋਂ ਗੁਰੂ ਜੀ ਨੇ ਦੇ ਦਿੱਤਾ ਇਹ ਸ਼ਰਧਾ ਆ ਗਈ। ਤਦੇ ਕੁਛ ਸੰਗਤ ਦਾ ਅਤੇ ਸੰਗਤ ਦਾ ਕਿਤਨਾ ਫਰਕ ਹੈ ਸਾਚ, ਬੰਦੇ ਤਾਂ ਉਹ ਜਿਹੇ ਹੁੰਦੇ ਨੇ, ਰੰਗ ਰੂਪ ਨੱਕ ਕੰਨ ਆਦਿ ਵਗੈਰਾ ਉਹ ਜਿਹੇ ਹੁੰਦੇ ਨੇ, ਪਰ ਸੁਭਾਵਾਂ ਦੀ ਖੁਰਾਕ ਹੁੰਦੀ ਹੈ ਉਹ ਅਲੱਗ ਅਲੱਗ ਹੁੰਦੀ ਹੈ। ਸੁਭਾਵਾਂ ਦੀ ਖੁਰਾਕ ਹੈ ਜਿਹੜੀ, ਖਿਆਲ ਦੀ ਖੁਰਾਕ ਆ, ਉਹ ਅਲੱਗ ਅਲੱਗ ਹੁੰਦੀ ਹੈ। ਕੁਸੰਗਤ ਦੇ ਵਿੱਚ ਪ੍ਰੇਮਾ ਪਹਿਲਾਂ ਸ਼ੁੱਧ ਸੀ, ਕੁਸੰਗਤ ਜਾਣ ਲੱਗ ਗਿਆ ਕਿਤਨਾ ਭੈੜਾ ਔਰ ਕਿਤਨਾ ਘੋੜੀ ਹੋ ਗਿਆ। ਕਿਹਨੇ ਮਿਹਰਬਾਨੀ ਕੀਤੀ? ਸੰਗਤ ਨੇ, ਕੁਸੰਗਤ ਨੇ ਕੀਤੀ। ਹੁਣ ਕਿਹਨੇ ਮਿਹਰਬਾਨੀ ਕੀਤੀ? ਗੁਰੂ ਨੇ ਔਰ ਸੰਗਤ ਨੇ ਕੀਤੀ। ਪ੍ਰੇਮਾ ਤੰਦਰੁਸਤ ਹੁੰਦਾ ਜਾਂਦਾ, ਕੁਸੰਗਤ ਤਾਰਦੀ ਹੈ, ਸੰਗਤ ਤਾਰਦੀ ਹੈ, ਕੁਸੰਗਤ ਡੋਬਦੀ ਹੈ। ਸਤਸੰਗ ਜੀ, ਪ੍ਰੇਮੇ ਦੇ ਜੀਵਨ ਦੇ ਵਿੱਚ ਅੱਛੀ ਤਰ੍ਹਾਂ ਸਮਝ ਪੈ ਜਾਂਦੀ ਹੈ ਵੀ ਕੁਸੰਗਤ ਦਾ ਕੀ ਨਤੀਜਾ ਹੈ। ਸਤਸੰਗ ਜੀ, ਪਿਆਰੇ ਜੀ, ਮਾਰੀ ਮੈਂ ਕੁਸੰਗਤ ਮਰਾਂ, ਪਿਆਰੇ ਜੀ, ਮਾਰੀ ਮੈਂ ਕੁਸੰਗਤ ਮਰਾਂ। ਮਾਰੀ ਮਰੂੰ ਕੁਸੰਗ ਕੀ, ਕੇਲੇ ਨਿਕਟ ਜੰਬੇਰ, ਉਹ ਝੂਲੇ ਉਹ ਚੀਰੀਏ। ਸਾਗਤ ਸੰਗ, ਝਾੜੀ ਜਿਹੜੀ ਹੁੰਦੀ ਹੈ ਉਹ ਕੁਸੰਗ ਦਾ ਨਮੂਨਾ ਹੈ। ਕੇਲਾ ਸਾਫ ਸੁਥਰਾ ਹੁੰਦਾ, ਜਦ ਹਵਾ ਆਉਂਦੀ ਹੈ ਦੁੰਨੇ ਹਿੱਲਣ ਲੱਗ ਜਾਂਦੇ ਨੇ, ਕੇਲੇ ਦਾ ਕੁਛ ਰਹਿੰਦਾ ਨਹੀਂ, ਲੀਰੇ ਲੀਰ ਹੋ ਜਾਂਦਾ, ਬੇਰੀ ਦਾ ਕੁਛ ਵਿਗੜਦਾ ਨਹੀਂ ਹੈ। ਕੁਸੰਗ ਤਾਂ ਉਵੇਂ ਨਹੀਂ ਰਹਿੰਦੀ ਹੈ, ਇਨਸਾਨ ਦਾ ਕੁਸੰਗ ਦੇ ਜਾਣ ਵਾਲੇ ਦਾ ਜੀਵਨ ਬਰਬਾਦ ਹੋ ਜਾਂਦਾ, ਪ੍ਰੇਮੇ ਦਾ ਬਰਬਾਦ ਹੋ ਗਿਆ ਸੀ। ਅੱਜ ਪ੍ਰੇਮਾ ਗੁਰੂ ਦੀ ਕਿਰਪਾ ਦੇ ਨਾਲ ਸਬੂਤ ਦੇਣ ਲੱਗ ਗਿਆ, ਗਿਆ ਕਿ ਸੋਟਾ ਲੱਦਾ ਫਿਰ, ਰੌਲਾ ਪਾ ਦਿਆ ਕਰੇ। ਗੁਰਸਿੱਖਾਂ ਨੂੰ ਬੜਾ ਇਸ ਗੱਲ ਦਾ ਦੁੱਖ ਹੋਇਆ ਵੀ ਬਾਣੀ ਨਹੀਂ ਪੜ੍ਹਦਾ, ਕੋਈ ਬਾਣੀ ਦਾ ਸ਼ਬਦ ਨਹੀਂ ਹੈ, ਕਿਉਂ ਜਿਹੜੇ ਨਗੋਚੀ ਜੇ ਬਹੁਤੇ ਲੋਕ ਹੁੰਦੇ ਨੇ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਹੁੰਦੇ ਨੇ, ਉਹ ਕਿਸੇ ਦਾ ਪ੍ਰੇਮ ਦਾ ਤਾਂ ਵਾਕਫ ਨਹੀਂ ਹੁੰਦੇ, ਆਪ ਉਹਨਾਂ ਦੇ ਅੰਦਰ ਪ੍ਰੇਮ ਹੁੰਦਾ ਨਹੀਂ, ਉਹਨਾਂ ਨੂੰ ਕੀ ਪਤਾ ਪ੍ਰੇਮ ਦਾ ਕੀ ਆਨੰਦ ਹੁੰਦਾ ਹੈ, ਪ੍ਰੇਮੇ ਦੇ ਪ੍ਰੇਮ ਦਾ ਉਹਨਾਂ ਨੂੰ ਕੀ ਪਤਾ ਸੀ। ਉਹ ਕਹਿਣ ਲੱਗੇ ਜੀ, ਪ੍ਰੇਮਾ ਕੱਚੀ ਬਾਣੀ ਪੜ੍ਹਦਾ, ਉਹਨੂੰ ਸੱਦ ਕੇ ਪੁੱਛੋ। ਗੁਰੂ ਜੀ ਨੇ ਬੁਲਾਇਆ ਪ੍ਰੇਮੇ ਨੂੰ, ਕਹਿੰਦੇ ਪ੍ਰੇਮੇ, ਸੰਗਤ ਨੇ ਤੇਰੀ ਸ਼ਿਕਾਇਤ ਕੀਤੀ ਹੈ, ਤੂੰ ਕੱਚੀ ਬਾਣੀ ਪੜ੍ਹਦਾ, ਤੂੰ ਹਰ ਜਸ ਨਹੀਂ ਕਰਦਾ, ਨਾਲ ਸੰਗਤ ਦੇ ਬੋਲਦਾ ਨਹੀਂ। ਕਹਿੰਦੇ ਮਹਾਰਾਜ ਜੀ, ਮੇਰੇ ਹਿਰਦੇ ਦੇ ਵਿੱਚ ਆਪ ਜੀ ਦਾ ਨਿਵਾਸ ਹੋ ਗਿਆ, ਮੇਰਾ ਹਿਰਦੇ ਹੀ ਨਹੀਂ ਜਦ ਕੱਚਾ, ਮੇਰੀਆਂ ਗੱਲਾਂ ਬਾਤਾਂ ਕਿੱਥੋਂ ਕੱਚੀਆਂ ਰਹਿ ਗਈਆਂ। ਆ ਦੇਖੋ, ਮੈਂ ਤਾਂ ਸਹੀ ਸਬੂਤ ਦਿੰਦਾ, ਮੈਂ ਕੁਸੰਗਤ ਦੇ ਜ਼ਹਿਰੇ ਅਸਰ ਕੋੜੀ ਹੋ ਗਿਆ ਸੀ। ਸੋਹਣਾ ਸੁਨੱਖਾ ਸੀ ਪਹਿਲਾਂ, ਬੜੀ ਜਵਾਨੀ ਸੀ, ਸਾਰਾ ਖਤਮ ਹੋ ਗਿਆ, ਕੋੜੀ ਹੋ ਗਿਆ, ਨਹੁੰ ਝੜ ਗਏ, ਹੁਣ ਮੇਰੇ ਆ ਦੇਖੋ ਨਹੁੰ ਆ ਗਏ, ਆ ਮੇਰਾ ਚਮੜਾ ਸਾਰਾ ਸਾਫ ਹੋ ਗਿਆ, ਮੈਨੂੰ ਇਹ ਯਕੀਨ ਹੋ ਗਿਆ ਜਿਹੜੇ ਮੇਰਾ ਤੰਦਰੁਸਤ ਸਰੀਰ ਗਿਆ ਸੀ ਹੁਣ ਮੈਨੂੰ ਮਿਲ ਗਿਆ। ਮੈਂ ਤਾਂ ਇਹ ਸਬੂਤ ਦਿੰਦਾ, ਮੈਂ ਹੋਰ ਕੁਛ ਨਹੀਂ ਪੜ੍ਹਦਾ। ਗੁਰੂ ਜੀ ਕਹਿਣਗੇ, ਪ੍ਰੇਮੇ ਦਾ ਤਾਂ ਭਾਈ ਸ਼ਰਧਾ ਇਹਨੂੰ ਤਾਂ ਸ਼ਰਧਾ ਦੀ ਲੋੜ ਹੈ। ਗੁਰੂ ਜੀ ਕਹਿਣਗੇ, ਪ੍ਰੇਮੇ ਦਾ ਇਸ਼ਨਾਨ ਕਰਾ ਕੇ ਲਿਆਓ, ਨਵੇਂ ਕੱਪੜੇ ਪਾ ਕੇ ਲਿਆਓ। ਪ੍ਰੇਮੇ ਦਾ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਾ ਕੇ ਗੁਰੂ ਜੀ ਦੇ ਚਰਨਾਂ 'ਚ ਰੱਖ ਦਿੱਤਾ। ਗੁਰੂ ਜੀ ਕਹਿੰਦੇ, ਪ੍ਰੇਮੇ ਫਿਰ ਬੋਲ ਉਸ ਤਰ੍ਹਾਂ ਭਾਈ ਤੂੰ। ਫਿਰ ਉਹਨੇ ਗਿੱਧਾ ਪਾਇਆ, ਉਵੇਂ ਜਿਵੇਂ ਗਿਆ ਕਸੋਟਾ ਲੱਦਾ ਫਿਰ, ਗਿਆ ਕਸੋਟਾ ਲੱਦਾ ਫਿਰ। ਸਤਿਗੁਰੂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਪ੍ਰੇਮਾ ਉੱਠ ਕੇ ਖੜ੍ਹਾ ਹੋ ਗਿਆ, ਤਾਂ ਖੜ੍ਹਾ ਹੋ ਗਿਆ ਪ੍ਰੇਮੇ ਨੂੰ। ਗੁਰੂ ਜੀ ਕਹਿਣਗੇ, ਪ੍ਰੇਮੇ ਮੇਰੇ ਵੱਲ ਝਾਕਤਾ, ਮੇਰੀਆਂ ਅੱਖਾਂ 'ਚ ਅੱਖਾਂ ਮਿਲਾ ਤਾ, ਨਦਰੀ ਨਦਰ ਨਿਹਾਲ ਜਿਹਨੂੰ ਕਹਿੰਦੇ ਨੇ। ਪ੍ਰੇਮੇ ਨੇ ਅੱਖਾਂ ਮਿਲਾਈਆਂ ਤਾਂ ਪ੍ਰੇਮੇ ਦੇ ਕਪਾਟ ਖੁੱਲ੍ਹ ਗਏ, ਕਿਉਂ ਸ਼ਰਧਾ ਦੇ ਘਰ 'ਚ ਆਇਆ ਵਿਆ ਤੀ, ਨੇੜੇ ਲੱਗੀ ਵੀ ਤੀ ਮਨ ਬਿਰਤੀ ਸ਼ਰਧਾ ਦੇ ਨਾਲ, ਤਾਂ ਪ੍ਰੇਮੇ ਨੂੰ ਗਿਆਨ ਹੋ ਗਿਆ। ਗਿਆਨ ਹੋ ਗਿਆ ਤਾਂ ਪ੍ਰੇਮੇ ਨੂੰ ਗੁਰੂ ਜੀ ਨੇ ਇੱਕ ਉਹ ਮੰਜੀ ਬਖਸ਼ੀ ਜਿਹੜੀ 72 ਪੀੜ੍ਹੇ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ 72 ਪੀੜ੍ਹੇ ਮਾਈਆਂ ਬੀਬੀਆਂ ਨੂੰ ਨਾਮ 'ਚ ਪਾਉਣ ਵਾਸਤੇ ਡਿਊਟੀਆਂ ਲਾਈਆਂ, 22 ਮੰਜੀਆਂ ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਦਿੱਤੀਆਂ। ਉਹ ਮਹਾਂਪੁਰਸ਼ਾਂ ਦੇ 22 ਮਹਾਂਪੁਰਸ਼ਾਂ ਦੇ ਵਿੱਚੋਂ ਇੱਕ ਪ੍ਰੇਮਾ ਸੀ ਜਿਹੜਾ ਗੁਰੂ ਜੀ ਨੇ ਨਾਮ 'ਚ ਪਾਉਣ ਵਾਸਤੇ ਮੁਕਰਰ ਕਰ ਦਿੱਤਾ, ਭਾਈ ਤੂੰ ਮਹਾਂਪੁਰਸ਼ ਹੈ, ਤੇਰੇ ਬਚਨ ਮੰਨਣ ਵਾਲਾ ਛੁਟਕਾਰਾ ਪਾਵੇਗਾ। ਫਿਰ ਉਸੇ ਵਕਤ ਹੀ ਪ੍ਰੇਮਾ ਖੁਸ਼ੀਆਂ 'ਚ ਨੱਚ ਉੱਠਿਆ, ਉਸੇ ਵਕਤ ਹੀ ਨੱਚ ਉੱਠਿਆ। ਕੱਚੋ ਕੰਚਨ ਪਇਓ, ਸ਼ਬਦਗੁਰ ਸਰਬਣੇ ਸੁਣਿਓ, ਵਿਕਤੇ ਅੰਮ੍ਰਿਤ ਪਇਓ, ਨਾਮ ਸਤਿਗੁਰਮੁਖ ਬਣਿਓ,
ਦਾਦਾ ਬੋਲੇ ਭਾਈ ਕੱਚੇ ਕੱਚ ਤੋਂ ਬਣ ਗਿਆ ਸੋਨਾ ਰਾਮ ਦੇ ਮੈਂ ਕਰਨੀ ਲੱਗ ਪਏ ਕੱਚ ਹੁੰਦਾ ਹੈਗਾ ਜਿਹੜਾ ਪਾਰਸ ਦੀ ਮਿੱਟੀ ਆ ਉਹ ਸੱਤਾਂ ਧਾਤਾਂ ਨੂੰ ਸੋਨਾ ਬਣਾ ਦਿੰਦੀ ਹੈ ਕੱਚ ਨੂੰ ਲੋਹੇ ਨੂੰ ਤਾਂਬੇ ਨੂੰ ਗਿਲਟ ਨੂੰ ਚਾਂਦੀ ਨੂੰ ਪਿੱਤਲ ਨੂੰ ਉਹ ਜੇ ਉਹਦੇ ਨਾਲ ਸੋ ਜਾਵੇ ਪਾਰਸ ਦੀ ਮਿੱਟੀ ਨਾਲ ਸਾਫ਼ ਹੋ ਕੇ ਇਹ ਵਸਤੂਆਂ ਪੱਟ ਸੋਨਾ ਬਣ ਜਾਂਦੀਆਂ ਨੇ ਕਿੱਥੇ ਕੀਮਤ ਬਣ ਗਈ ਛੋਟੀਆਂ ਚੀਜ਼ਾਂ ਦੀ ਵੱਡੀ ਕੀਮਤ ਬਣ ਗਈ ਲੋਹੋ ਲਾਲ ਜਾਂ ਨਦਰ ਸਤਿਗੁਰ ਜਾਂ ਧਾਰ ਹੈ ਪ੍ਰੇਮਾ ਕਹਿਣਗੇ ਗੁਰੂ ਜੀ ਨੇ ਮੇਰੇ 'ਤੇ ਮਿਹਰ ਦੀ ਨਿਗਾਹ ਕੀਤੀ ਮੈਂ ਤਾਂ ਇੱਕ ਲੋਹੇ ਦੇ ਟੁਕੜੇ ਤੋਂ ਸੱਤਾਂ ਪਾਤਸ਼ਾਹ ਦੇ ਲਾਲ ਜਿੰਨੀ ਕੀਮਤ ਪ੍ਰਾਪਤ ਕਰ ਗਿਆ ਪ੍ਰੇਮਾ ਵਾਰ ਵਾਰ ਉੱਚੀ ਉੱਚੀ ਉਹ ਗੁਰੂ ਜੀ ਦਾ ਸਤਿਕਾਰ ਕਰ ਰਿਹਾ ਹੈ ਜਦੋਂ ਨਾਦਰ ਗੁਰਾਂ ਨੇ ਤਾਰੀ ਚਾਰ ਚੱਲੀ ਤੇ ਵੀ ਕੁਸੰਗਤ ਕਿੱਥੇ ਪਹੁੰਚਾਉਂਦੀ ਹੈ ਕਿੰਨੀ ਬਰਬਾਦੀ ਕਰਦੀ ਹੈ ਜੀਵਨ ਦਾ ਕੁਸੰਗਤ ਸਤਸੰਗ ਕਿੱਥੇ ਪਹੁੰਚਾਉਂਦੀ ਹੈ ਬ੍ਰਹਮ ਗਿਆਨ ਹਾਸਲ ਹੋ ਗਿਆ ਸੰਗਤ ਪ੍ਰਾਪਤ ਹੋ ਗਈ ਪ੍ਰੇਮੇ ਨੂੰ ਪਹਿਲਾਂ ਗੁਰਸਿੱਖਾਂ ਦੀ ਫਿਰ ਗੁਰੂ ਜੀ ਦੀ ਹੋ ਗਈ ਇਉਂ ਸਤਸੰਗ ਜੀ ਆਪਦੇ ਜੀਵਨ ਨੂੰ ਸੁਧਾਰਨ ਵਾਸਤੇ ਪਹਿਲਾਂ ਸਾਡਾ ਫਰਜ਼ ਗੁਰੂ ਵਾਲੇ ਬਣਨਾ ਹੈ ਜਿੱਥੋਂ ਸਾਡਾ ਜੀਵਨ ਬਣਨਾ ਸ਼ੁਰੂ ਹੋਣਾ ਹੈ ਕਿਉਂ ਜੇ ਕੋਈ ਅੜਸੇਟ ਪੈਂਦੀ ਹੈ ਮਨ ਡੋਲਦਾ ਹੈ ਕੋਈ ਅਸਰ ਹੁੰਦਾ ਬਰਿਆਈ ਦਾ ਉਸ ਭਗਤੀ ਗੁਰੂ ਜੀ ਸਾਡੀ ਰਾਖੀ ਕਰਦੇ ਹਨ ਸਾਡੀ ਮਦਦ ਕਰਦੇ ਨੇ ਇਸ ਗੁਰੂ ਦੇ ਬਣੇ ਹੋਏ ਕਰਕੇ ਨਹੀਂ ਕੌਣ ਪੁੱਛਦਾ ਲਿੰਡਰ ਕੁੱਤਿਆਂ ਨੂੰ ਕੌਣ ਪੁੱਛਦਾ ਉਹਨਾਂ ਰੂੜੀਆਂ 'ਤੇ ਫਿਰਦੇ ਨੇ ਕੁੱਤੇ ਮਾਰਨ ਵਾਲੇ ਗੋਲੀ ਦਿੰਦੇ ਨੇ ਟੇਢਾ ਕਰ ਦਿੰਦੇ ਨੇ ਟੋਆ ਪੜਦੇ ਨੇ ਦੋ ਚੂੜੇ ਉੱਥੇ ਦੱਬ ਦਿੰਦੇ ਨੇ ਜੇ ਕਿਸੇ ਦੇ ਗਲ ਦੇ ਵਿੱਚ ਕੀਲਾ ਕੀਲੇ ਦੇ ਨਾਲ ਬੰਨਿਆ ਹੁੰਦਾ ਰੱਸੀ ਪਾ ਕੇ ਉਹਦੇ ਪਰ ਝਾਕ ਦੇ ਵੀ ਨਹੀਂ ਹਨ ਵੀ ਇਹ ਤਾਂ ਕਿਸੇ ਮਾਲਕ ਦਾ ਹੈ ਜੇ ਕਿਸੇ ਦੇ ਗਲ ਦੇ ਵਿੱਚ ਰੱਸੀ ਵੀ ਬੰਨੀ ਹੁੰਦੀ ਆ ਉਹਨੂੰ ਵੀ ਨਹੀਂ ਮਾਰਦੇ ਜੇ ਤੜਾ ਗਿਆ ਨਾ ਕੋਈ ਕੁੱਤਾ ਕਿਸੇ ਮਾਲਕ ਦਾ ਰੱਸੀ ਬੰਨੀ ਹੈ ਉਹਨੂੰ ਵੀ ਨਹੀਂ ਉਹ ਗੋਲੀਆਂ ਪਾਉਂਦੀ ਵੀ ਇਹਦਾ ਮਾਲਕ ਸਾਨੂੰ ਪੁੱਛੇਗਾ ਵੀ ਕਿਉਂ ਮਾਰਿਆ ਜਿਹੜੇ ਉਈ ਫਿਰਦੇ ਹੁੰਦੇ ਨੇ ਨਾ ਅਵਾਰਾ ਗਿਰਦੇ ਉਹਨਾਂ ਨੂੰ ਫੱਟ ਮਾਰ ਦਿੰਦੇ ਨੇ ਐਂ ਜੰਮ ਪੈਂਦੇ ਹੁੰਦੇ ਨੇ ਜਿਹਦੇ ਗਲ 'ਚ ਪਟਾ ਨਹੀਂ ਨਾ ਗੁਰੂ ਵਾਲਾ ਨਹੀਂ ਕੋਈ ਬਣਿਆ ਕੋਈ ਨਿਸ਼ਾਨੀ ਨਹੀਂ ਉਸ ਨੂੰ ਤਾਂ ਜੰਮ ਐਂ ਪੈਂਦੇ ਨੇ ਜਿਵੇਂ ਕੁੱਤੇ ਮਾਰਨ ਵਾਲੇ ਗੋਲੀਆਂ ਪਾਉਂਦੇ ਹੁੰਦੇ ਨੇ ਐਂ ਫਿਰਦੇ ਜੰਮ ਉਹਨਾਂ ਨੂੰ ਲੈਂਦੇ ਨੇ ਫਿਰ ਉੱਥੇ ਕੀ ਬਣਦਾ ਕੁਛ ਨਹੀਂ ਬਣਦਾ ਉਹ ਮੌਕੇ 'ਤੇ ਹੁਣ ਪਹਿਲਾਂ ਹੀ ਬਚ ਜਾਓ ਪਟਾ ਪੁਟਾ ਪਵਾਓ ਗੁਰੂ ਜੀ ਦਾ ਆਪਦੇ ਗਲ ਦੇ ਵਿੱਚ ਜਿਹੜੇ ਰਹਿੰਦੇ ਨੇ ਤਾਂ ਕਿ ਬਚ ਜਾਈਏ ਜਮਾਂ ਦੇ ਡੰਡਿਆਂ ਤੋਂ ਅੰਮ੍ਰਿਤ ਛਕੋ ਸਾਰਾ ਪ੍ਰੋਗਰਾਮ ਤੁਹਾਨੂੰ ਦੱਸ ਦਿੰਦੇ ਹੁੰਦੇ ਨੇ ਪਰਸੋਂ ਨੂੰ ਅੰਮ੍ਰਿਤ ਪ੍ਰਚਾਰ ਹੋਵੇਗਾ ਹੁਣ ਸਾਰੇ ਵਿਸ਼ਵ